ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਇੱਕ ਅਜੀਹੀ ਰੈਸਪੀ ਲੈ ਕੇ ਆਈ ਹਾਂ ਜਦੋਂ ਤੁਹਾਡਾ ਕੜੀ ਚੋਲ ਖਾਣ ਦਾ ਮਨ ਕਰਦਾ ਹੋਵੇ ਤੇ ਤੁਸੀਂ ਇਹ ਵਾਲੀ ਰੈਸਪੀ ਬਣਾ ਕੇ ਕੜੀ ਚੋਲ ਦਾ ਪੂਰਾ ਆਨੰਦ ਮਾਣ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਗਾਰੰਟੀ ਹੈ ਕਿ ਤੁਹਾਨੂੰ ਪੱਕਾ ਪਸੰਦ ਆਏਗੀ ਤੇ ਆਓ ਅਸੀਂ ਇਹਨੂੰ ਬਣਾਈਏ ਸਭ ਤੋਂ ਪਹਿਲਾਂ ਜਿਹੜਾ ਅਸੀਂ ਕੰਮ ਕਰਨਾ ਹੈ ਇੱਕ ਗਲਾਸ ਅਸੀਂ ਚੋਲਾ ਦਾ ਲੈ ਲਵਾਂਗੇ ਇਹ ਚੋਲਾ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਦਿਨਾਂ ਨੂੰ ਅਸੀਂ ਭਿਜਨੇ ਪਾ ਕੇ ਰੱਖ ਦਵਾਂਗੇ ਥੋੜੀ ਦੇਰ ਦੇ ਲਈ ਸਭ ਤੋਂ ਪਹਿਲਾਂ ਅਸੀਂ ਪਤੀਲਾ ਜਾਂ ਕੁੱਕਰ ਲੈ ਲਵਾਂਗੇ ਇਹਦੇ ਵਿੱਚ ਅਸੀਂ ਦਹੀਂ ਪਾ ਦੇਵਾਂਗੇ ਦਹੀਂ ਅਸੀਂ ਲਵਾਂਗੇ 1 ਕਿਲੋ ਦੇ ਕਰੀਬ ਤੇ ਦਹੀਂ ਜੇਕਰ ਖੱਟਾ ਹੋਵੇ 2-3 ਦਿਨ ਪੁਰਾਣਾ ਹੋਵੇ ਤੇ ਸਭ ਤੋਂ ਵਧੀਆ ਹੈ ਦਹੀਂ ਵੀ ਲੈ ਸਕਦੇ ਆ ਲੱਸੀ ਵੀ ਲੈ ਸਕਦੇ ਹਾਂ 1 ਕਿਲੋ ਦੇ ਕਰੀਬ ਅਸੀਂ ਇਹਦੇ ਵਿੱਚ ਦਹੀਂ ਪਾ ਦਿੱਤਾ ਹੈ ਤੇ ਇਹਦੇ ਅਸੀਂ ਜਿੰਨਾ ਅਸੀਂ ਦਹੀਂ ਪਾਇਆ ਹੈ ਉਹਦਾ ਆਪਾਂ ਦੋ ਗੁਣਾ ਇਹਦੇ ਵਿੱਚ ਪਾਣੀ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਅਸੀਂ 1 ਚਮਚ ਭਰ ਕੇ ਪਾ ਦਵਾਂਗੇ ਹਲਦੀ ਪਾਉਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਫੈਂਟਾਂਗੇ ਇਸ ਤਰ੍ਹਾਂ ਪੈਨ ਨੂੰ ਮਧਾਨੀ ਦੇ ਨਾਲ ਜਾਂ ਬਲੈਂਡਰ ਦੇ ਨਾਲ ਚੰਗੀ ਤਰ੍ਹਾਂ ਫੈਂਟ ਲਵਾਂਗੇ ਤਾਂ ਜੋ ਜਿਹੜਾ ਦਹੀਂ ਤੇ ਪਾਣੀ ਹੈਗਾ ਚੰਗੀ ਤਰ੍ਹਾਂ ਮਿਕਸ ਹੋ ਜਾਣ ਚੰਗੀ ਤਰ੍ਹਾਂ ਫੈਂਟਣ ਤੋਂ ਬਾਅਦ ਆਪਾਂ ਹੁਣ ਇਹਨੂੰ ਰੱਖਾਂਗੇ ਗੈਸ ਦੇ ਉੱਤੇ ਕੁੱਕਰ ਨੂੰ ਅਸੀਂ ਗੈਸ ਦੇ ਉੱਪਰ ਰੱਖ ਦਵਾਂਗੇ ਤੇ ਗੈਸ ਨੂੰ ਅਸੀਂ ਓਨ ਕਰ ਦਵਾਂਗੇ ਹੁਣ ਜਿਹੜੇ ਅਸੀਂ ਚੋਲ ਪਹਿਲਾਂ ਤੋਂ ਭਿਜਨੇ ਪਾ ਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਪਾ ਦਵਾਂਗੇ ਚੋਲਾ ਨੂੰ ਅਸੀਂ ਇਹ ਵਾਲੀ ਲੱਸੀ ਦੇ ਨਾਲ ਹੀ ਰਿਝਾਵਾਂਗੇ ਇਹਦੇ ਨਾਲ ਰਿਝਾਉਣ ਦੇ ਨਾਲ ਜਿਹੜੀ ਸਾਡੀ ਇਹ ਰੈਸਪੀ ਆ ਬਹੁਤ ਜ਼ਿਆਦਾ ਸਵਾਦ ਬਨਣੀ ਹੈ ਇਹ ਰੈਸਪੀ ਦਾ ਨਾਮ ਮੀਰੀ ਹੈ ਸਾਡੇ ਇੱਧਰ ਇਹਨੂੰ ਮੀਰੀ ਕਿਹਾ ਜਾਂਦਾ ਹੈ ਤੁਹਾਡੇ ਇੱਧਰ ਇਹਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਤੇ ਹਰੀ ਮਿਰਚਾਂ ਥੋੜੀ ਜਿਹੀ ਆਪਾਂ 4-5 ਹਰੀਆਂ ਮਿਰਚਾਂ ਲਈਆਂ ਸੀ ਥੋੜਾ ਜਿਹਾ ਕੜੀ ਪੱਤਾ ਬਰੀਕ-ਬਰੀਕ ਕੱਟ ਕੇ ਅਸੀਂ ਦੋਨਾਂ ਨੂੰ ਪਾ ਦੇਵਾਂਗੇ ਤੇ ਕੜਛੀ ਨੂੰ ਆਪਾਂ ਲਗਾਤਾਰ ਚਲਾਉਂਦੇ ਰੱਖਾਂਗੇ ਕੜਛੀ ਅਸੀਂ ਬਿਲਕੁਲ ਹੀ ਛੱਡਣੀ ਚਲਾਉਣਾ ਕਿਉਂਕਿ ਇਹਦੇ ਨਾਲ ਜਿਹੜੀ ਸਾਡੀ ਇਹ ਕੜੀ ਹੈਗੀ ਆ ਜਿਹੜਾ ਸਾਡੀ ਮੀਰੀ ਹੈਗੀ ਆ ਫਟ ਜਾਏਗੀ ਲੱਸੀ ਫਟ ਜਾਏਗੀ ਇਸ ਕਰਕੇ ਆਪਾਂ ਨੂੰ ਲਗਾਤਾਰ ਚਲਾਉਂਦੇ ਰੱਖਣਾ ਹੈ ਨਾਲ ਹੀ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਡੇਢ ਕ ਚਮਚ ਦੇ ਕਰੀਬ ਨਮਕ ਕਿਉਂਕਿ ਇਹ ਜਿਹੜਾ ਸਾਡੀ ਮਿਹਰੀ ਹੈਗੀ ਆਪਾਂ 3 1/2 ਕਿਲੋ ਦੇ ਪਤੀਲੇ ਵਿੱਚ ਕੁੱਕਰ ਦੇ ਵਿੱਚ ਭਰ ਕੇ ਬਣਾਇਆ ਹੈ ਤੇ ਇਹਦੇ ਵਿੱਚ ਡੇਢ ਚਮਚ ਨਮਕ ਦਾ ਆਰਾਮ ਨਾਲ ਪੈ ਜਾਣਾ ਹੈ ਡੇਢ ਚਮਚ ਨਮਕ ਦਾ ਪਾਉਣ ਤੋਂ ਬਾਅਦ ਦੇਖੋ ਜਿਹੜੀ ਸਾਡੀ ਮਿਹਰੀ ਹੈਗੀ ਰੇਜੇ ਪੈ ਚੁੱਕੀ ਹੈ ਤੇ ਹੁਣ ਅਸੀਂ ਗੈਸ ਨੂੰ ਬਿਲਕੁਲ ਸਲੋ ਕਰ ਦੇਣਾ ਹੈ ਤੇ ਹੁਣ ਸਾਨੂੰ ਕੜਸੀ ਬਾਰ-ਬਾਰ ਚਲਾਉਣ ਦੀ ਲੋੜ ਨਹੀਂ ਹੈਗੀ ਆ ਇਹਨੂੰ ਆਪਾਂ ਰਿਜਨ ਦੇਣਾ ਹੈ ਕੋਨੀ ਦੇ ਤੱਕ ਅਸੀਂ ਇਹਨੂੰ ਰੋਜਣਾ ਹੈ ਜਿੰਨੀ ਦੇ ਤੱਕ ਸਾਡੇ ਚੋਲ ਬਿਲਕੁਲ ਪੱਕ ਨਾ ਜਾਣ ਬਿਲਕੁਲ ਚੰਗੀ ਤਰ੍ਹਾਂ ਗਲ ਨਾ ਜਾਣ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਲੋ ਜਿਹੜੇ ਸਾਡੇ ਚੋਲ ਹੈਗੇ ਆ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਤੇ ਹੁਣ ਅਸੀਂ ਇਹਨੂੰ ਤੜਕਾ ਲਗਾ ਕੇ ਤਿਆਰ ਕਰਾਂਗੇ ਪੂਰੀ ਤਰ੍ਹਾਂ ਤੇ ਇਹ ਸਾਡੇ ਚੋਲ ਚੰਗੀ ਤਰ੍ਹਾਂ ਹੁਣ ਗਲ ਗਏ ਨੇ ਤੇ ਇਧਰ ਅਸੀਂ ਗੈਸ ਨੂੰ ਕਰ ਦੇਵਾਂਗੇ ਬੰਦ ਹੁਣ ਅਸੀਂ ਗੈਸ ਤੇ ਇੱਕ ਫਰਾਈਪੈਨ ਰੱਖਾਂਗੇ ਸਰੋਂ ਦਾ ਤੇਲ ਪਾ ਕੇ ਤੇਲ ਜਦੋਂ ਗਰਮ ਹੋ ਜਾਏਗਾ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਪਾ ਕੇ ਪਹਿਲਾਂ ਉਹਨਾਂ ਨੂੰ ਭੁੰਨ ਲਵਾਂਗੇ ਸੁੱਕੇ ਮਸਾਲਿਆਂ ਦੇ ਵਿੱਚ ਅਸੀਂ ਪਾਵਾਂਗੇ ਮੇਥੇ ਮੇਥੇ ਅਸੀਂ ਇੱਕ ਚਮਚ ਲਵਾਂਗੇ ਤੇ ਇੱਕ ਚਮਚ ਤੋਂ ਥੋੜਾ ਜਿਹਾ ਘੱਟ ਅਸੀਂ ਜੀਰਾ ਲੈ ਆ ਲਵਾਂਗੇ ਮੇਥੇ ਦਾ ਜਿਹੜਾ ਤੜਕਾ ਹੈਗਾ ਉਹਦੇ ਨਾਲ ਜੜੀ ਮੀਰੀ ਹੈਗੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਥੋੜੀ ਜੀ ਅਜਵੈਨ ਪਾਵਾਂਗੇ ਤੇ ਥੋੜਾ ਜਿਹਾ ਸੁੱਕਾ ਧਨੀਆ ਪਾਵਾਂਗੇ ਜਿਹੜੇ ਮਸਾਲੇ ਅਸੀਂ ਕੜੀ ਦੇ ਵਿੱਚ ਪਾਉਂਦੇ ਆ ਇਹਦੇ ਵਿੱਚ ਵੀ ਪਾਵਾਂਗੇ ਸਾਬਤ ਮਸਾਲੇ ਥੋੜੇ ਜਿਹਾ ਇਹਨਾਂ ਨੂੰ ਆਪਾਂ ਮਸਾਲੇ ਪੁੰਨ ਤੋਂ ਬਾਅਦ ਅਸੀਂ ਥੋੜਾ ਜਿਹਾ ਦੇ ਵਿੱਚ ਕ੍ਰਸ਼ ਕੀਤਾ ਹੋਇਆ ਲਸਣ ਪਾ ਦਵਾਂਗੇ ਤੇ ਲਸਣ ਨੂੰ ਵੀ ਆਪਾਂ ਹਲਕਾ ਜਿਹਾ ਲਾਲ ਹੋਣ ਤੱਕ ਭੁੰਨ ਲਵਾਂਗੇ ਜਦੋਂ ਲਸਣ ਜਿਹੜਾ ਹਲਕਾ ਜਿਹਾ ਲਾਲ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਅਸੀਂ ਤਿੰਨ ਵੱਡੇ ਸਾਈਜ਼ ਦੇ ਲਏ ਆ ਉਹਨਾਂ ਨੂੰ ਇਸ ਤਰ੍ਹਾਂ ਲੰਮਾ ਲੰਮਾ ਕੱਟ ਕੇ ਤੇ ਚੰਗੀ ਤਰ੍ਹਾਂ ਪਿਆਜ਼ ਨੂੰ ਅਸੀਂ ਇਹਦੇ ਵਿੱਚ ਭੁੰਨਾਂਗੇ ਪਿਆਜ਼ ਵੀ ਅਸੀਂ ਚੰਗੀ ਤਰ੍ਹਾਂ ਲਾਲ ਹੋਣ ਤੱਕ ਪਕਾਵਾਂਗੇ ਪਿਆਜ਼ ਜਿਹੜੇ ਸਾਡੇ ਭੁੱਜ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕੜੀ ਪੱਤਾ ਤੇ ਹਰੀ ਮਿਰਚ ਤੜਕੇ ਵਿੱਚ ਵੀ ਆਪਾਂ ਥੋੜਾ ਜਿਹਾ ਕੜੀ ਪੱਤਾ ਤੇ ਹਰੀ ਮਿਰਚ ਪਾਵਾਂਗੇ ਇਹਦੇ ਨਾਲ ਜਿਹੜਾ ਫਲੇਵਰ ਆ ਬਹੁਤ ਜ਼ਿਆਦਾ ਸੋਹਣਾ ਆਣਾ ਹੈ ਮੀਰੀ ਦਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਦਾ ਪਾ ਦਵਾਂਗੇ ਅੱਧਾ ਕ ਚਮਚੀ ਅਸੀਂ ਗਰਮ ਮਸਾਲੇ ਦਾ ਪਾ ਦਵਾਂਗੇ ਤੇ ਅੱਧਾ ਚਮਚ ਹਲਦੀ ਦਾ ਥੋੜਾ ਜਿਹਾ ਅਸੀਂ ਤੜਕੇ ਦੇ ਵਿੱਚ ਆ ਮਸਾਲਾ ਪਾਵਾਂਗੇ ਕਿਉਂਕਿ ਅਸੀਂ ਪਹਿਲਾਂ ਹਲਦੀ ਵਗੈਰਾ ਨਮਕ ਪਾਇਆ ਹੈ ਤੇ ਸਿਰਫ ਆਪਾਂ ਇਹਦੇ ਵਿੱਚ ਥੋੜਾ ਥੋੜਾ ਇਸ ਚੀਜ਼ਾਂ ਪਾਣੀਆਂ ਬਸ ਇਹਨਾਂ ਨੂੰ ਥੋੜਾ ਜਿਹਾ ਪੁੰਨਣ ਤੋਂ ਬਾਅਦ ਅਸੀਂ ਇਹ ਵਾਲਾ ਮਟੀਰੀਅਲ ਸਾਰਾ ਇੱਕ ਕੁੱਕਰ ਦੇ ਵਿੱਚ ਉਲਟਾ ਦੇਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਇਹਦੇ ਵਿੱਚ ਪਾਣੀ ਦੀ ਲੋੜ ਮਹਿਸੂਸ ਹੋਵੇ ਕਿ ਇਹ ਥੋੜੀ ਸੰਘਣੀ ਲੱਗੇ ਤੁਸੀਂ ਥੋੜਾ ਜਿਹਾ ਗਰਮ ਪਾਣੀ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਲੋਜ ਜਿਹੜੀ ਸਾਡੀ ਮੀਰੀ ਦੀ ਰੈਸਪੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਇਹ ਇੰਨੀ ਜਿਆਦਾ ਸਵਾਦਬੰਦੀ ਹੈ ਕਿ ਤੁਸੀਂ ਇੱਕ ਵਾਰੀ ਖਾਓਗੇ ਤੁਸੀਂ ਬਾਰ ਬਾਰ ਕਹਿਣਾ ਕਿ ਅਸੀਂ ਇਹਨੂੰ ਬਣਾਈਏ ਤੇ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਇਹ ਵਾਲੀ ਰੈਸਪੀ ਪਸੰਦ ਆਈ ਹੋਵੇ ਤੇ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ